ਉਧਰ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪਰ 2 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮਾਂ ਦੇ ਮਾਮਲੇ ਵਿੱਚ ਆਪ ਤੋਂ ਮੁਅੱਤਲ ਚੱਲ ਰਹੇ ਪਟਿਆਲਾ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਅਸਤੀਫਾ ਦੇ ਕੇ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲਾ ਇਸ ਕਾਰਨ ਗੰਭੀਰ ਹੈ ਕਿਉਂਕਿ ਜੋ ਕੇਜਰੀਵਾਲ ਉੱਪਰ ਇੱਕ ਐਸੇ ਇਨਸਾਨ ਵੱਲੋਂ ਰਿਸ਼ਵਤ ਦੇ ਇਲਜ਼ਾਮ ਲਗਾਏ ਗਏ ਨੇ ਜੋ ਸ਼ੁਰੂ ਤੋਂ ਹੀ ਕੇਜਰੀਵਾਲ ਦੀ ਪਸੰਦ ਬਣਿਆ ਰਿਹਾ ਹੈ। ਦੇਖੋ, ਇਹ ਬੜਾ ਗੰਭੀਰ ਇਲਜ਼ਾਮ ਹੈਗਾ ਔਰ ਇਲਜ਼ਾਮ ਵੀ ਕੋਈ ਹੈ ਨਹੀਂ, ਕੋਈ ਬਾਹਰੋਂ ਬੰਦੇ ਨੇ ਲਗਾਇਆ ਹੈਗਾ। ਪਾਰਟੀ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਪਦ 'ਤੇ ਇੱਕ ਉਸ ਵਿਅਕਤੀ ਵੱਲੋਂ ਜਿਹੜਾ ਕਿ ਕੇਜਰੀਵਾਲ ਦੀ ਕੈਬਨਿਟ ਦਾ ਸੀਨੀਅਰ ਮੈਂਬਰ ਹੈਗਾ ਹੈ, ਜਿਹਦੇ ਬਾਰੇ ਕੱਲ੍ਹ ਤੱਕ ਕੇਜਰੀਵਾਲ ਜੀ ਬੜੇ ਵਿਸ਼ਵਾਸ ਨਾਲ ਉਹਦੀ ਇਮਾਨਦਾਰੀ ਜਾਂ ਉਹਦੇ ਕੰਮਾਂ ਬਾਰੇ ਸਿਫਤ ਕਰਦੇ ਰਹੇ। ਹੁਣ ਤੱਕ ਕੇਜਰੀਵਾਲ ਸਾਰੇ ਹਿੰਦੁਸਤਾਨ 'ਚ ਕੀ ਦੁਨੀਆ ਭਰ 'ਚ ਆਪਣੀ ਮਤਲਬ ਇੱਕ ਸਿਆਸਤ ਦਾ ਨਾਂ ਲੈਂਦੇ ਰਹੇ ਨੇ ਜਾਂ ਇਮਾਨਦਾਰ ਸਿਆਸਤ ਦੀ ਗੱਲ ਕਰਦੇ ਰਹੇ ਨੇ, ਉਸੀ ਜਿਹੜਾ ਜੋ ਉਹਨੇ ਪੋਸਟ 'ਚ ਰੱਖਿਆ ਹੈਗਾ ਉਹਦਾ ਤਕਾਜ਼ਾ ਹੈਗਾ ਕਿ ਕੇਜਰੀਵਾਲ ਸਾਹਿਬ ਨੂੰ ਫੌਰੀ ਤੌਰ 'ਤੇ ਅਸਤੀਫਾ ਦੇਣਾ ਚਾਹੀਦਾ ਹੈਗਾ ਔਰ ਐਲ ਜੀ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਇਹਦੀ ਕਾਰਵਾਈ ਜਿਹੜੀ ਹੈ ਨਿਸ਼ਪਕਸ਼ ਢੰਗ ਨਾਲ ਇਹਦੀ ਪ੍ਰੋਵ ਕੀਤੀ ਜਾਵੇ। ਜੇਕਰ ਸਤਿੰਦਰ ਜੈਨ ਗਲਤ ਹੈ ਤਾਂ ਉਸਦੇ ਖਿਲਾਫ਼ ਕਾਰਵਾਈ ਹੋਵੇ, ਔਰ ਜੇ ਕੇਜਰੀਵਾਲ ਦੇ ਖਿਲਾਫ਼ ਇਹ ਦੋਸ਼ ਸਾਬਤ ਹੋ ਜਾਂਦੇ ਹੈਗੇ ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਹੋਵੇ। ਪਰ ਕਿਉਂਕਿ ਇੱਕ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠਿਆਂ ਕਾਰਵਾਈ ਜਿਹੜੀ ਹੈਗੀ ਹੈ ਉਹ ਇਫੈਕਟ ਹੋ ਸਕਦੀ ਹੈਗੀ ਹੈ, ਉਹ 'ਤੇ ਅਸਰ ਅੰਦਾਜ਼ ਹੋ ਸਕਦੇ ਹੈਗੇ, ਇਨਫਲੂਐਂਸ ਹੋ ਸਕਦਾ ਹੈਗਾ। ਇਸ ਕਰਕੇ ਜਿਹੜੀ ਇੱਕ ਪ੍ਰੋਬਿਟੀ ਹੈਗੀ ਹੈ, ਪਾਰਦਰਸ਼ਤਾ ਹੈਗੀ ਹੈ, ਉਹਦੀ ਮੰਗ ਹੈਗੀ ਹੈ ਕੇਜਰੀਵਾਲ ਫੌਰੀ ਤੌਰ 'ਤੇ ਅਸਤੀਫਾ ਦੇਣ।